ਪੰਜਾਬ ਦੇ ਸ਼ਹਿਰ ਮੋਗਾ ਦੇ ਪਿੰਡ ਸੰਘੇੜਾ ਵਿੱਚ ਦਰਿਆ ਦਾ ਪਾਣੀ ਆਉਣ ਨਾਲ ਕਈ ਏਕੜ ਫਸਲ ਬਰਬਾਦ ਹੋ ਗਈ। ਪਿੰਡ ਵਾਸੀਆਂ ਨੇ ਆਰੋਪ ਲਗਾਉਂਦਿਆਂ ਹੋਇਆ ਕਿਹਾ ਕਿ ਸਰਕਾਰ ਨੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ, ਜਿਸ ਕਾਰਨ ਹੋ ਰਹੀ ਭਾਰੀ ਬਰਸਾਤ ਨਾਲ ਦਰਿਆ ਦਾ ਪਾਣੀ ਉਹਨਾਂ ਦੀਆਂ ਜ਼ਮੀਨਾਂ ਵਿੱਚ ਵੜ ਗਿਆ, ਜਿਸ ਕਾਰਨ ਉਹਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਰਿਆ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ। ਮੋਗਾ ਤੋਂ ਬਿੱਟੂ ਪੁਰਬਾ ਦੀ ਵਿਸ਼ੇਸ਼ ਰਿਪੋਰਟ। ਸਾਡੇ ਪਾਣੀ ਆਇਆ ਹੜ, ਸਾਡੀ ਕੋਈ ਪਿੱਛੇ ਵੀ ਸੁਣਵਾਈ ਨਹੀਂ, ਸਭ ਫਸਲਾਂ ਦਾ ਖਰਾਬਾ ਸਾਨੂੰ ਕੋਈ ਨਹੀਂ ਮਿਲਿਆ। ਹੁਣ ਸਾਡੇ ਆ ਕੇ ਵੇਖਿਆ ਜਾਵੇ ਕੋਈ ਸ਼ੈ ਨਹੀਂ, ਸਾਡੇ ਕੁਛ ਸੰਤ ਅੰਗ ਬਹੁਤ ਠੇਕੇੜ ਕਰ ਰਹੇ ਨੇ। ਅਤੇ ਬਈ ਖਾਈਏ ਕਿ ਜਾਈਏ ਕਿੱਧਰ ਨੂੰ, ਕੋਈ ਸਾਨੂੰ ਨਾ ਪਿੱਛੇ ਖਰਾਬਾ ਮਿਲਿਆ ਨਾ ਕੋਈ, ਹੁਣ ਸਾਡੀ ਕੋਈ ਸੁਣਦਾ ਨਹੀਂ। ਜਦੋਂ ਵੋਟਾਂ ਆਉਂਦੀਆਂ ਨੇ ਉਹ ਤਾਂ ਸਾਰੇ ਸਾਡੇ ਆਣ ਘੇਰੇ ਪਾ ਲੈਂਦੇ, ਸਾਨੂੰ ਪਾਓ ਤਾਂ ਕੋਈ ਆਉਂਦਾ ਮੈਨੂੰ ਪਾਓ। ਸਾਡੇ ਤੁਸੀਂ ਪਿੰਡ ਦੇ ਕੌਣ ਹੋ ਜੀ? ਸਰਪੰਚ ਆ। ਮੌਜੂਦਾ ਸਰਪੰਚ ਹੋ? ਮੌਜੂਦਾ, ਹਾਂਜੀ। ਪਿੰਡ ਸੰਘੇੜੇ ਦੇ? ਹਾਂਜੀ ਹਾਂਜੀ। ਅੱਛਾ, ਅਤੇ ਆਹ ਕੀ ਕਾਰਨ ਹੋਇਆ ਜਿਹੜਾ ਪਾਣੀ ਤੁਹਾਡੇ ਆਇਆ? ਕਿਸ ਤਰ੍ਹਾਂ ਕੀ ਤੁਹਾਡਾ ਪ੍ਰਸ਼ਾਸਨ ਕੰਮ ਕਰ ਰਿਹਾ ਜਾਂ ਕਿਸ ਤਰ੍ਹਾਂ ਸਾਰਾ ਦੱਸੋ? ਇਹ ਤਾਂ ਕਿਸੇ ਨਹੀਂ ਸਾਰ ਲਈ ਆ ਕੇ ਸਰਕਾਰ ਆਪੋ ਦੇ ਕੰਮਾਂ ਨੂੰ, ਸਾਡੇ ਇੱਥੇ ਕੋਈ ਪਤਾ ਲੈਣ ਨਹੀਂ ਆ ਰਿਹਾ। ਸਰਕਾਰ ਪਾਣੀ ਘਰ ਤੜਕੇ 4 ਵਜੇ ਅੱਜ ਆਇਆ, ਸਾਡੇ ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ। ਨਾ ਨਰੇਗਾ ਕਿਤੇ ਪੈਸੇ ਪੈ ਰਹੇ, ਅਤੇ ਨਾ ਹੀ ਗ੍ਰਾਂਟ ਮਿਲੀ ਕਿਸੇ ਨੂੰ, ਅਤੇ ਨਾ ਇੱਥੇ ਠੇਕੇ ਤੰਗ ਬਹੁਤ ਕਰਦੇ ਨੇ। ਕੱਲ੍ਹ ਆਏ ਰਹੇ ਨੇ, ਕੱਲ੍ਹ ਕਹਿੰਦੇ ਘਰਾਂ 'ਚ ਤਲਾਸ਼ੀ ਕਰਨੀ। ਮੈਂ ਇੱਥੇ ਮੌਕੇ 'ਤੇ ਨਹੀਂ ਹੈਗਾ ਸੀ, ਪਰ ਮੈਂਬਰਾਂ ਨੇ ਨਹੀਂ ਕਰਨ ਦਿੱਤੀ ਪਿੰਡ 'ਚ ਤਲਾਸ਼ੀ। ਮੌਕਾ ਵੇਖਿਆ ਸਾਡੇ ਪਾਣੀ ਇੰਨਾ, ਅਤੇ ਦਾਰੂ ਨਾ ਕਰਨ ਕਰਨ ਕਿ ਪਾਣੀ ਨਾ ਹੈਗਾ, ਦਿਹਾੜੀ ਤੂੰ ਕਿੱਧਰ ਜਾਣ, ਲੋਕਾਂ ਦੀਆਂ ਫਸਲਾਂ ਤਾਂ ਬਰਬਾਦ ਹੋਈ ਜਾਂਦੀਆਂ ਨੇ। ਅੱਜ ਅਚਾਨਕ ਹੀ ਸਵੇਰੇ 4 ਵਜੇ ਜੀ ਸਾਡੇ ਪਿੰਡ ਦੇ ਵਿੱਚ ਪਾਣੀ ਵੜ ਚੁੱਕਾ ਹੈ ਜੀ, ਬਹੁਤ ਹੀ ਪਾਣੀ ਆ ਚੁੱਕਾ ਜੀ, ਬਹੁਤ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਜੀ। ਸਾਰੀਆਂ ਜੋ ਵੀ ਚਾਰਾ ਡੁੱਬ ਗਿਆ ਜੀ, ਝੋਨਾ ਲਾਇਆ ਸੀ ਉਹ ਵੀ ਡੁੱਬ ਗਿਆ ਜੀ ਸਾਰਾ। ਅਜੇ ਤੱਕ ਕੋਈ ਪ੍ਰਸ਼ਾਸਨ ਨੇ ਸਾਡੇ ਸਾਰਿਆਂ ਲਈ, ਅੱਜ ਤੋਂ 20 ਦਿਨ ਪਹਿਲਾਂ ਵੀ ਬਹੁਤ ਸਾਰੀਆਂ ਫਸਲਾਂ ਡੁੱਬ ਚੁੱਕੀਆਂ ਸੀ, ਪੁਦੀਨਾ ਐਰਾ ਵਗੈਰਾ ਪਨੀਰੀਆਂ ਸਭ ਡੁੱਬ ਗਈਆਂ ਸੀ। ਮੁੱਲ ਲਿਆ ਕੇ ਇਹਨਾਂ ਲੋਕਾਂ ਨੇ ਮੁੱਲ ਲਿਆ ਕੇ ਪਨੀਰੀਆਂ ਪਾਸੋਂ ਲਿਆ ਕੇ ਝੋਨਾ ਲਾਇਆ ਸੀ, ਅੱਜ ਅਚਾਨਕ ਸਵੇਰੇ 4 ਵਜੇ ਹੜ੍ਹ ਅਚਾਨਕ ਆ ਗਿਆ ਹੈ ਅਤੇ ਬਹੁਤ ਹੀ ਲੋਕ ਪਰੇਸ਼ਾਨ ਹਨ। ਉੱਪਰੋਂ ਮੀਂਹ ਪੈ ਰਿਹਾ, ਬਾਰਿਸ਼ ਬਹੁਤ ਪੈ ਰਹੀ ਹੈ ਜੀ, ਥੱਲਿਓਂ ਪਾਣੀ ਬਹੁਤ ਆ ਰਿਹਾ ਜੀ। ਦੇਖੋ ਕੋਈ ਪ੍ਰਸ਼ਾਸਨ ਨੇ ਅਜੇ ਤੱਕ ਸਾਰ ਨਹੀਂ ਸਾਡੀ ਲਈ, ਕੋਈ ਵੀ ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਸਾਨੂੰ ਮਿਲੀ। ਸਾਡਾ ਸਰ ਇੱਕ ਬੇਨਤੀ ਹੈ ਵੀ ਸਾਡੀ ਕੈਰੋਂ ਵਾਲਾ ਜਿਹੜਾ ਬੰਨ ਸੀਗਾ, ਸਰਵਾ ਸੀ ਕੈਰੋਂ ਵਾਲਾ ਅੱਜ ਤੋਂ 30-35-40 ਸਾਲ ਪਹਿਲਾਂ, ਉਹ ਵੀ ਸਰ ਕਾਗਜ਼ਾਂ 'ਚ ਚੱਲ ਰਿਹਾ ਅਤੇ ਕੋਈ ਵੀ ਉਹ ਜੇ ਲੱਗ ਜਾਵੇ, ਬੰਨ ਲੱਗ ਜਾਵੇ ਕੈਰੋਂ ਵਾਲਾ ਸਰਵਾ ਹੋ ਜਾਵੇ ਕਿ ਸਰ ਹਜ਼ਾਰਾਂ ਏਕੜਾਂ ਸਾਰੀ ਫਸਲ ਬਚ ਸਕਦੀ ਹੈ ਜੀ। ਧੰਨਵਾਦ ਜੀ।